सवेरा नवी किरण एक ओंकार करो सिमरन। नवा सवेरा नवी किरण एक ओंकार करो सिमरन। बुझे दिलांच ज्ञान दिया लख जगा के, शांत कर लो अपना मन। ਸਤਿ ਸ਼੍ਰੀ ਅਕਾਲ ਦੋਸਤੋ, ਓਮ ਸ਼ਾਂਤੀ। ਅੱਜ ਦੇ ਇਸ ਪ੍ਰੋਗਰਾਮ ਨਵੀਂ ਕਿਰਨ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਅਧਿਆਤਮਕ ਵਿਸ਼ੇ ਦੇ ਉੱਪਰ ਚਰਚਾ ਕਰਾਂਗੇ ਔਰ ਸਾਡੇ ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ ਬੀ ਕੇ ਰਾਜਿੰਦਰ ਭੈਣ ਜੀ ਭਵਾਨੀਗੜ੍ਹ ਤੋਂ। ਓਮ ਸ਼ਾਂਤੀ ਦੀਦੀ, ਸਤਿ ਸ਼੍ਰੀ ਅਕਾਲ। ਓਮ ਸ਼ਾਂਤੀ, ਤੁਹਾਡਾ ਸਾਡੇ ਇਸ ਮੰਚ ਉੱਪਰ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਦੀਦੀ। ਅਧਿਆਤਮਿਕ ਜੀਵਨ ਬਾਰੇ ਤੁਸੀਂ ਕੀ ਦੱਸੋਗੇ? ਅਧਿਆਤਮਿਕਤਾ ਕੀ ਹੈ ਅਸਲ ਦੇ ਵਿੱਚ, ਇਸ ਦਾ ਮਤਲਬ ਕੀ ਹੈ? ਅਧਿਆਤਮਿਕਤਾ ਤੋਂ ਭਾਵ ਹੈ ਆਪਣੇ ਆਪ ਨੂੰ ਸਮਝਣਾ, ਆਪਣੇ ਆਪ ਨੂੰ ਜਾਣਨਾ, ਆਪਣੇ ਆਪ ਨੂੰ ਪਹਿਚਾਨਣਾ। ਜਦੋਂ ਤੱਕ ਸਾਨੂੰ ਆਪਣੇ ਆਪ ਦੀ ਹੋਸ਼ ਹੀ ਨਹੀਂ ਹੋਏਗੀ ਜੀ, ਅਸੀਂ ਜੀਵਨ ਚੰਗੀ ਤਰ੍ਹਾਂ ਨਹੀਂ ਜੀ ਸਕਦੇ ਜੀ। ਜਦੋਂ ਸਾਨੂੰ ਆਪਣੇ ਆਪ ਦੀ ਪਹਿਚਾਣ ਹੋ ਜਾਏਗੀ ਤਾਂ ਸਾਡੀ ਜੋ ਜ਼ਿੰਦਗੀ ਦਾ ਸਫ਼ਰ ਹੈ ਉਹ ਬਹੁਤ ਹੀ ਸੁੰਦਰ ਹੋ ਜਾਏਗਾ। ਅਧਿਆਤਮਿਕਤਾ ਸਾਨੂੰ ਇੱਕ ਸੁਚੱਜਾ ਜਿਹਾ ਜੀਵਨ ਜੀਣ ਦੀ ਇੱਕ ਕਲਾ ਸਿਖਾਉਂਦੀ ਹੈ। ਅਧਿਆਤਮਿਕਤਾ ਸਾਨੂੰ ਆਪਣੇ ਜੀਵਨ ਦੇ ਵਿੱਚ ਬਹੁਤ ਹੀ ਗੁਣਵਾਨ ਬਣਾ ਦਿੰਦੀ ਹੈ, ਚਰਿੱਤਰਵਾਨ ਬਣਾ ਦਿੰਦੀ ਹੈ। ਸੁੱਖ ਸ਼ਾਂਤੀ ਦਾ ਆਧਾਰ, ਸਥਿਰ ਜੀਵਨ ਦਾ ਜੋ ਆਧਾਰ ਹੈ ਉਸ ਅਧਿਆਤਮਿਕਤਾ ਹੀ ਹੁੰਦੀ ਹੈ। ਅਧਿਆਤਮਿਕਤਾ ਨੋਰਮਲ ਲਾਈਫ ਦੇ ਵਿੱਚ ਕੀ ਮਹੱਤਵ ਹੈ? ਅਸੀਂ ਅਧਿਆਤਮਿਕਤਾ ਕਿੱਦਾਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆ ਸਕਦੇ ਹਾਂ? ਅਧਿਆਤਮਿਕਤਾ ਦਾ ਸਾਡੇ ਜੀਵਨ ਵਿੱਚ ਬਹੁਤ ਬੜਾ ਇੱਕ ਰੋਲ ਹੈ, ਭੂਮਿਕਾ ਅਦਾ ਕਰਦੀ ਹੈ, ਮਹੱਤਵਪੂਰਨ ਹੈ। ਜੇਕਰ ਸਾਡੇ ਜੀਵਨ ਵਿੱਚ ਅਧਿਆਤਮਿਕਤਾ ਨਹੀਂ ਹੋਏਗੀ ਤਾਂ ਸਮਝੋ ਸਾਡਾ ਜੀਵਨ ਇਸ ਤਰ੍ਹਾਂ ਹੋਏਗਾ ਜਿਵੇਂ ਕੋਈ ਰੇਤ ਦੇ ਢੇਰ 'ਤੇ ਕੋਈ ਅਸੀਂ ਮਕਾਨ ਬਣਾ ਰਹੇ ਹਾਂ, ਉਹਦੀ ਕੋਈ ਫਾਊਂਡੇਸ਼ਨ ਨਹੀਂ ਹੋਏਗੀ, ਉਹ ਨਹੀਂ ਟਿਕੇਗਾ, ਨਹੀਂ ਟਿਕੇਗਾ। ਜੇਕਰ ਅਧਿਆਤਮਿਕਤਾ ਹੋਏਗੀ ਤਾਂ ਅਸੀਂ ਆਪਣੇ ਜੀਵਨ ਨੂੰ ਇੱਕ ਮਹਾਨ ਬੁਲੰਦੀਆਂ 'ਤੇ ਲੈ ਜਾ ਸਕਦੇ ਹਾਂ। ਹਰ ਕਰਮ ਅਸੀਂ ਚੰਗਾ ਕਰ ਸਕਦੇ ਹਾਂ, ਸਾਡੇ ਵਿਵਹਾਰ ਵਿੱਚ ਸ਼ੁੱਧੀ ਆਏਗੀ, ਸਾਡੇ ਮਨ ਨੂੰ ਸ਼ਾਂਤੀ ਮਿਲੇਗੀ। ਸਾਡਾ ਜੋ ਜੀਵਨ ਹੈ ਇਹ ਕਹਿ ਸਕਦੇ ਹਾਂ ਕਿ ਅਸੀਂ ਬਹੁਤ ਹੀ ਜੀਵਨ ਇੱਕ ਸੁੰਦਰ ਜੀਵਨ ਬਣ ਜਾਏਗਾ, ਕਿਉਂਕਿ ਜੋ ਅਧਿਆਤਮਿਕਤਾ ਹੈ ਇਹ ਸਾਨੂੰ ਗੁਣਵਾਨ ਬਣਾਉਂਦੀ ਹੈ। ਸੁੱਖ, ਸ਼ਾਂਤੀ, ਆਨੰਦ, ਪ੍ਰੇਮ, ਪਵਿੱਤਰਤਾ ਵਰਗੇ ਜੋ ਗੁਣ ਹੈ ਉਹ ਅਧਿਆਤਮਿਕਤਾ ਨਾਲ ਹੀ ਆ ਸਕਦੇ ਨੇ। ਕੇਵਲ ਅਧਿਆਤਮਿਕਤਾ ਹੀ ਜੀਵਨ ਨੂੰ ਇੱਕ ਚੰਗਾ ਜੀਵਨਾ ਸਿਖਾਉਂਦੀ ਹੈ। ਤਾਂ ਆਪਣੇ ਆਪ ਵਿੱਚ ਅਗਰ ਅਧਿਆਤਮਿਕਤਾ ਅਸੀਂ ਲੈ ਕੇ ਆਉਣੀ ਹੈ, ਉਸਦੇ ਲਈ ਸਾਨੂੰ ਕੀ ਕਰਨਾ ਪਏਗਾ? ਜੇਕਰ ਅਸੀਂ ਅਧਿਆਤਮਿਕਤਾ ਲੈ ਕੇ ਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਹੀ ਪਛਾਣਨਾ ਹੋਏਗਾ ਕਿ ਅਸੀਂ ਆਖਰ ਦੇ ਵਿੱਚ ਹੈ ਕੌਣ। ਹਾਂਜੀ, ਉਹ ਅੱਜ ਦੇ ਜ਼ਮਾਨੇ 'ਚ ਕੋਈ ਨਹੀਂ ਜਾਣਦਾ। ਹਾਂਜੀ, ਬਸ ਸਾਰੇ ਇੱਕ ਪਾਸ ਦੌੜ ਦੇ ਵਿੱਚ ਚੱਲ ਰਹੇ ਹਨ। ਇਹ ਇੱਕ ਅਜਿਹੀ ਪਹੇਲੀ ਹੈ, ਇਸ ਪਹੇਲੀ ਨੂੰ ਸੁਲਝਾਉਣ ਲਈ ਬੜੇ ਬੜੇ ਸਾਡੇ ਜੋ ਮਹਾਨ ਪੁਰਸ਼ ਹੋਏ ਉਹਨਾਂ ਨੇ ਵੀ ਦੱਸਿਆ ਹੈ। ਇਸ 'ਤੇ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਕਿ ਸੂਫੀ ਸੰਤ ਜੋ ਬੁੱਲੇ ਸ਼ਾਹ ਜੀ ਹੋਏ, ਉਹਨਾਂ ਨੇ ਤਾਂ ਇੱਥੋਂ ਤੱਕ ਆਪਣੇ ਆਪ ਨੂੰ ਇਹ ਪ੍ਰਸ਼ਨ ਪੁੱਛਿਆ, ਕੁਸਚਨ ਪੁੱਛਿਆ ਕਿ ਉਹਨਾਂ ਨੇ ਕਿਹਾ ਹੈ ਕਿ ਨਾ ਮੈਂ ਅਰਬੀ ਨਾ ਲਾਹੌਰੀ, ਨਾ ਮੈਂ ਹਿੰਦੂ ਜੀ ਜੀ ਸ਼ਹਿਰ ਨਗੋਰੀ, ਮੈਂ ਨਾ ਮੈਂ ਰਹਿੰਦਾ ਵਿੱਚ ਨਦੌਨ, ਬੁੱਲਿਆ ਮੈਂ ਜਾਣਾ ਕੀ ਜਾਣਾ ਮੈਂ ਕੌਣ। ਜੀ ਜੀ ਬਿਲਕੁਲ। ਇਸੇ ਤਰ੍ਹਾਂ ਇੱਕ ਹੋਰ ਸੂਫੀ ਸੰਤ ਸ਼ਾਹ ਹੁਸੈਨ ਜੀ ਹੋਏ, ਉਹਨਾਂ ਨੇ ਵੀ ਪੂਰੀ ਮਾਨਵਤਾ ਨੂੰ ਇਹ ਨਸੀਹਤ ਦਿੰਦੇ ਹੋਏ ਕਿਹਾ ਕਿ ਇਹ ਬੰਦਿਆ ਆਪਣੇ ਆਪ ਨੂੰ ਪਛਾਣ, ਜੇ ਤੂੰ ਆਪਣਾ ਆਪ ਪਛਾਤਾ ਤਾਂ ਰੱਬ ਨੂੰ ਮਿਲਣ ਆਸਾਨ। ਜੇਕਰ ਅਸੀਂ ਆਪਣੇ ਆਪ ਨੂੰ ਪਛਾਣ ਜਾਂਦੇ ਹਾਂ ਤਾਂ ਸਾਡਾ ਜੀਵਨ ਦੇ ਵਿੱਚ ਨਿਰਮਲਤਾ ਆ ਜਾਂਦੀ ਹੈ। ਤਾਂ ਆਪਣੇ ਆਪ ਨੂੰ ਪਛਾਣਨਾ ਬਹੁਤ ਬਹੁਤ ਜ਼ਰੂਰੀ ਹੈ। ਅਧਿਆਤਮਿਕਤਾ ਸਾਨੂੰ ਆਪਣੇ ਆਪ ਨਾਲ ਜੁੜਨਾ ਸਿਖਾਉਂਦੀ ਹੈ। ਅਧਿਆਤਮਿਕਤਾ ਸਾਨੂੰ ਇਹ ਦੱਸਦੀ ਹੈ ਕਿ ਅਸੀਂ ਨਿਰਾ ਸਰੀਰ ਨਹੀਂ ਹਾਂ, ਸਗੋਂ ਇਸ ਸਰੀਰ ਨੂੰ ਚਲਾਉਣ ਵਾਲੀ ਇੱਕ ਚੇਤਨ ਸ਼ਕਤੀ ਹਾਂ ਜਿਸ ਨੂੰ ਅਸੀਂ ਆਤਮਾ ਕਹਿੰਦੇ ਹਾਂ।
ਆਤਮਾ ਚੇਤਨ ਸ਼ਕਤੀ ਕੀ ਮਤਲਬ ਇਸ ਦਾ? ਮਨਾ ਇਸ ਸਰੀਰ ਨੂੰ ਚਲਾਉਣ ਵਾਲੀ ਇੱਕ ਹੋਰ ਸ਼ਕਤੀ ਹੈ, ਉਹ ਜਿਹੜੀ ਸ਼ਕਤੀ ਹੈ ਜਿਸ ਦਾ ਸਾਡੇ ਧਾਰਮਿਕ ਸ਼ਾਸਤਰਾਂ ਵਿੱਚ ਵੀ ਜ਼ਿਕਰ ਆਇਆ ਹੈ, ਗੀਤਾ ਵਿੱਚ ਵੀ ਕਿਹਾ ਹੈ। ਦੇਖੋ ਗੀਤਾ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਕਿਹਾ ਕਿ ਨਿੱਜ ਨੂੰ ਪਹਿਚਾਣ, ਜੀ ਜੀ ਬਿਲਕੁਲ, ਸਹੁ ਸਥਿਤੀ ਵਿੱਚ ਸਥਿਤ ਹੋ ਜਾਓ ਤਾਂ ਹੀ ਤੁਹਾਡਾ ਕਲਿਆਣ ਹੋਵੇਗਾ। ਬਿਲਕੁਲ, ਆਤਮਾ ਦੇ ਵਿੱਚ ਅਸੀਂ ਜਦੋਂ ਟਿਕਦੇ ਹਾਂ, ਆਪਣੇ ਆਪ ਨੂੰ ਜਦੋਂ ਅਸੀਂ ਆਤਮਾ ਸਮਝਦੇ ਹਾਂ ਤਾਂ ਸਾਡਾ ਸਰੀਰ ਇੱਕ, ਇਹ ਕਹਿ ਸਕਦੇ ਹਾਂ ਕਿ ਆਤਮਾ ਅਤੇ ਸਰੀਰ ਦੋ ਵੱਖੋ ਵੱਖਰੀ ਚੀਜ਼ਾਂ ਹਨ। ਜੋ ਆਤਮਾ ਹੈ ਉਹ ਇੱਕ ਚੇਤਨ ਸ਼ਕਤੀ ਹੈ, ਅਜਰ ਹੈ, ਅਮਰ ਹੈ, ਅਵਿਨਾਸ਼ੀ ਹੈ, ਯਾਨੀ ਕਿ ਭਾਵ ਕਿ ਇਸ ਸਰੀਰ ਨੂੰ ਧਾਰਨ ਕਰਨ ਵਾਲੀ ਆਤਮਾ ਹੀ ਹੈ। ਜੋ ਆਤਮਾ ਹੈ ਉਹ ਪਰਮਾਤਮਾ ਦੀ ਸੰਤਾਨ ਹੈ, ਜੋ ਸਰੀਰ ਹੈ ਇੱਕ ਜੜ ਹੈ ਜੀ, ਸਰੀਰ ਇੱਕ ਨਾਸ਼ਵਾਨ ਹੈ, ਕਹਿ ਜਾਂਦੇ ਨਾ ਆ ਸਰੀਰ ਸੜਦਾ ਹੈ, ਗਲਦਾ ਹੈ, ਮਨਾ ਪੰਜ ਤੱਤਵਾਂ ਦਾ ਪ੍ਰਭਾਵ ਇਸ ਜੀ ਸਰੀਰ 'ਤੇ ਪੈਂਦਾ ਹੈ, ਆਤਮਾ 'ਤੇ ਪੰਜ ਤੱਤਵਾਂ ਦਾ ਪ੍ਰਭਾਵ ਨਹੀਂ ਪੈਂਦਾ। ਅਸੀਂ ਇਹ ਕਹਿ ਸਕਦੇ ਹਾਂ ਸਰੀਰ ਜੋ ਹੈ ਇੱਕ ਵਸਤਰ ਦੀ ਤਰ੍ਹਾਂ ਹੈ ਅਤੇ ਆਤਮਾ ਇਸ ਨੂੰ ਚਲਾਉਣ ਵਾਲੀ ਇੱਕ ਸ਼ਕਤੀ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਰੀਰ ਇੱਕ ਮੋਟਰ ਦੀ ਤਰ੍ਹਾਂ ਹੈ, ਆਤਮਾ ਇੱਕ ਡਰਾਈਵਰ ਦੀ ਤਰ੍ਹਾਂ। ਮੈਂ ਇੱਕ ਕੁਐਸਚਨ ਪੁੱਛਣਾ ਚਾਹਾਂਗੀ, ਆਤਮਾ ਆਖਿਰ ਕਿੱਥੇ ਰਹਿੰਦੀ ਹੈ ਬੋਡੀ ਦੇ ਵਿੱਚ? ਕੁਛ ਕਹਿੰਦੇ ਹਨ ਇੱਥੇ ਮਸਤਿਸ਼ਕ ਦੇ ਵਿੱਚ ਹੈ, ਕੁਛ ਕਹਿੰਦੇ ਹਨ ਕਿ ਨਹੀਂ ਇਹ ਤਾਂ ਬਿਲਕੁਲ ਮਤਲਬ ਰਿਬਸ ਦੇ ਅੰਦਰ ਹੈ, ਕਿੱਥੇ ਹੈ ਆਖਿਰ ਇਸ ਦਾ ਐਗਜ਼ਿਸਟੈਂਸ? ਆਤਮਾ ਦਾ ਅਸਲ ਦੇ ਵਿੱਚ ਇਸ ਸਰੀਰ ਦੇ ਵਿੱਚ ਜੋ ਟਿਕਾਣਾ ਹੈ ਉਹ ਸਾਡੀ ਇੱਥੇ ਪ੍ਰਕੁਟੀ ਦੇ ਵਿੱਚ ਹੈ। ਦੇਖੋ ਜਦੋਂ ਅਸੀਂ ਮੰਦਰ ਜਾਂਦੇ ਹਾਂ ਜੀ, ਜਾਂ ਭੈਣ ਭਰਾ ਕੋਈ ਵੀ ਮੰਦਰ ਜਾਂਦਾ ਹੈ ਤਾਂ ਅਸੀਂ ਦੇਖਦੇ ਹਾਂ ਕਿ ਪੁਜਾਰੀ ਜੀ ਹਾਂਜੀ ਭਰਾਵਾਂ ਦੇ ਵੀ, ਭਾਈਆਂ ਦੇ ਵੀ ਇੱਥੇ ਮਸਤਕ ਦੇ ਵਿੱਚ ਤਿਲਕ ਲਗਾਉਂਦਾ ਹੈ। ਜੀ ਜੀ ਬਿਲਕੁਲ, ਬੀਬੀਆਂ ਵੀ ਮਸਤਕ ਦੇ ਵਿੱਚ ਤਿਲਕ ਲਗਾਉਂਦੀਆਂ। ਹਾਂਜੀ, ਲੇਕਿਨ ਭਾਈਆਂ ਨੂੰ ਵੀ ਤਿਲਕ ਇੱਥੇ ਹੀ ਲਗਾਇਆ ਜਾਂਦਾ ਹੈ, ਕਿਉਂ? ਜ਼ਰੂਰ ਇਸ ਦਾ ਕੋਈ ਨਾ ਕੋਈ ਸੰਕੇਤ ਹੈ ਨਾ। ਜੀ ਬਿਲਕੁਲ, ਅਸੀਂ ਕਦੇ ਇਹ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ। ਹਾਂ, ਤਾਂ ਆਤਮਾ ਜਿਹੜੀ ਹੈਗੀ ਹੈ ਉਹ ਇਸੇ ਮਸਤਕ ਦੇ ਵਿੱਚ ਨਿਵਾਸ ਕਰਦੀ ਹੈ। ਇਸੇ ਕਰਕੇ ਦੇਖੋ ਤੀਸਰਾ ਨੇਤਰ, ਦੀਵਿਆ ਨੇਤਰ, ਸ਼ਿਵ ਨੇਤਰ ਜਾਂ ਘਰ ਦਰ ਜਾਂ ਤਿਲ, ਦਸਵਾਂ ਦੁਆਰ, ਆਗਿਆ ਚੱਕਰ, ਇਸੇ ਸਥਾਨ ਨੂੰ ਕਿਹਾ ਗਿਆ ਹੈ। ਅਸੀਂ ਜਦੋਂ ਵੀ ਕੋਈ ਗੱਲ ਸੋਚਦੇ ਹਾਂ, ਗਹਿਰੀ ਗੱਲ ਕੋਈ ਸਾਨੂੰ ਸਮਝ ਨਹੀਂ ਆਉਂਦੀ ਤਾਂ ਅਸੀਂ ਇੱਥੇ ਮੱਥੇ 'ਤੇ ਹੀ ਹੱਥ ਰੱਖਦੇ ਹਾਂ। ਜੀ ਬਿਲਕੁਲ, ਕਦੇ ਕਦੇ ਬੁਰੇ ਦਿਨਾਂ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਅਸੀਂ ਆਪਣੀ ਜਦੋਂ ਕਿਸਮਤ ਨੂੰ ਕੋਸਦੇ ਹਾਂ ਤਾਂ ਹੀ ਕਹਿੰਦੇ ਹਾਂ ਹਾਏ ਮੇਰੀ ਕਿਸਮਤ, ਮੇਰੀ ਕਿਸਮਤ ਬੜੀ ਖੋਟੀ ਹੈ, ਮਸਤਕ 'ਤੇ ਹੀ ਹੱਥ ਜਾਂਦਾ ਹੈ। ਬਿਲਕੁਲ, ਸੋ ਜੋ ਆਤਮਾ, ਦੇਖੋ ਜਿਵੇਂ ਡਰਾਈਵਰ ਸਭ ਤੋਂ ਮੂਹਰੇ ਬੈਠਦਾ ਹੈ ਗੱਡੀ ਦੇ ਵਿੱਚ ਤਾਂ ਉਹ ਗੱਡੀ ਨੂੰ ਚਲਾਉਂਦਾ ਹੈ ਜੀ, ਇਸੇ ਤਰ੍ਹਾਂ ਜੋ ਆਤਮਾ ਹੈ ਉਹ ਇਸ ਮਸਤਕ ਦੇ ਵਿੱਚ ਪ੍ਰਕੁਟੀ ਦੇ ਵਿੱਚ ਬੈਠ ਕੇ ਪੂਰੇ ਸਰੀਰ ਨੂੰ ਕੰਟਰੋਲ ਕਰਦੀ ਹੈ। ਤਾਂ ਜਿਹੜਾ ਉਹ ਮਸਤਕ ਦੇ ਵਿੱਚ ਰਹਿੰਦੀ ਹੈ, ਦਿਲ ਹੈ ਜੋ ਉਹ ਇੱਕ ਸਰੀਰ ਦਾ ਭੌਤਿਕ ਅੰਗ ਹੈ ਜਿਸ ਨੂੰ ਅਸੀਂ ਸਪਲਾਈ ਸੈਂਟਰ ਕਹਿ ਸਕਦੇ ਹਾਂ। ਜੋ ਦਿਲ ਹੈ ਇਹ ਤਾਂ ਬਦਲਿਆ ਵੀ ਜਾ ਸਕਦਾ ਹੈ, ਹਾਂਜੀ, ਲੇਕਿਨ ਜੋ ਆਤਮਾ ਹੈ ਉਹ ਨਹੀਂ, ਆਤਮਾ ਜੋ ਹੈ ਉਹ ਅਮਰ ਹੈ। ਸਰੀਰ ਇੱਕ, ਜੋ ਦਿਲ ਹੈ ਉਹ ਸਰੀਰ ਦਾ ਇੱਕ ਭੌਤਿਕ ਅੰਗ ਅਸੀਂ ਕਹਿ ਸਕਦੇ ਹਾਂ, ਜੋ ਸਾਡੇ ਪੂਰੇ ਸਰੀਰ ਨੂੰ ਖੂਨ ਸਪਲਾਈ ਕਰਦਾ ਹੈ, ਸਾਫ਼ ਕਰਦਾ ਹੈ। ਇਹਦੀ ਤਾਂ ਸਰਜਰੀ ਵੀ ਹੁੰਦੀ ਹੈ ਜੇ ਨਾ ਠੀਕ ਹੋਵੇ। ਮਤਲਬ ਤੁਹਾਡੇ ਕਹਿਣ ਦਾ ਮਤਲਬ ਕਿ ਆਤਮਾ ਅਲੱਗ ਹੈ ਔਰ ਦਿਲ ਅਲੱਗ ਹੈ, ਦਿਲ ਸਾਡੀ ਬੋਡੀ ਦਾ ਇੱਕ ਪਾਰਟ ਹੈ ਜੀ ਜੀ, ਔਰ ਆਤਮਾ ਜੋ ਇਸ ਸਰੀਰ ਨੂੰ ਚਲਾ ਰਹੀ ਹੈ ਉਹ ਇੱਕ ਚੇਤਨ ਸ਼ਕਤੀ ਹੈ, ਸ਼ਕਤੀ ਹੈ, ਚੇਤਨ ਸ਼ਕਤੀ ਹੈ, ਅਮਰ ਹੈ, ਅਵਿਨਾਸ਼ੀ ਹੈ। ਉਸ ਨੂੰ ਸ਼ਕਤੀ ਕਿਉਂ ਕਿਹਾ ਜਾਂਦਾ ਹੈ? ਸ਼ਕਤੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਹ ਇੱਕ ਸਰੀਰ ਨੂੰ ਚਲਾ ਰਹੀ ਵਾਲੀ ਜੋ ਹੈ ਉਸਦੇ ਵਿੱਚ ਮਨ, ਬੁੱਧੀ ਅਤੇ ਸੰਸਕਾਰ ਹੈ, ਕਿਉਂਕਿ ਜੋ ਮਨ ਹੈ ਉਹ ਸੋਚਣ ਦਾ ਕੰਮ ਕਰਦਾ ਹੈ, ਜੋ ਬੁੱਧੀ ਹੈ ਉਹ ਫੈਸਲਾ ਕਰਨ ਦਾ ਕੰਮ ਕਰਦੀ ਹੈ। ਜਿਹੜੇ ਕਰਮ ਅਸੀਂ ਬਾਰ ਬਾਰ ਕਰਦੇ ਹਾਂ ਉਹਨਾਂ ਨੂੰ ਸੰਸਕਾਰ ਕਿਹਾ ਜਾਂਦਾ ਹੈ, ਫਿਰ ਸੰਸਕਾਰਾਂ ਦਾ ਪ੍ਰਭਾਵ ਸਾਡੀ ਆਤਮਾ 'ਤੇ ਪੈਂਦਾ ਹੈ। ਆਤਮਾ ਨੂੰ ਇਸ ਲਈ ਵੀ ਸ਼ਕਤੀ ਕਿਹਾ ਜਾਂਦਾ ਹੈ ਕਿਉਂਕਿ ਪੂਰੇ ਸਰੀਰ ਨੂੰ ਚਲਾ ਰਹੀ, ਜਿਵੇਂ ਅਸੀਂ ਦੇਖਦੇ ਹਾਂ ਕਿ ਜਿਵੇਂ ਬਿਜਲੀ ਹੈ ਜੀ, ਅਸੀਂ ਦੇਖਦੇ ਹਾਂ ਕਿ ਬਿਜਲੀ ਹੈ, ਕਰੰਟ ਹੈ, ਇੱਕ ਸ਼ਕਤੀ ਹੈ ਜੀ, ਪਰੰਤੂ ਉਹ ਅਦ੍ਰਿਸ਼ ਹੈ। ਅਸੀਂ ਦੇਖਦੇ ਹਾਂ ਕਿ ਪੰਖਾ ਚੱਲ ਰਿਹਾ, ਇਹਦਾ ਮਤਲਬ ਹੈਗਾ ਬਿਜਲੀ ਹੈ, ਲਾਈਟ ਹੈ, ਕਰੰਟ ਹੈ, ਉਹਦੇ ਅੰਦਰ ਕੰਮ ਕਰ ਰਿਹਾ, ਕੰਮ ਕਰ ਰਿਹਾ। ਤੇ ਇਸੇ ਤਰ੍ਹਾਂ ਆਤਮਾ ਵੀ ਇੱਕ ਚੇਤਨ ਸ਼ਕਤੀ ਹੈ, ਮਨ, ਬੁੱਧੀ, ਸੰਸਕਾਰ ਉਸਦਾ ਆਧਾਰ ਹੈ ਜੀ। ਆਤਮਾ 'ਤੇ ਤੱਤਵਾਂ ਦਾ ਕੋਈ ਅਸਰ ਨਹੀਂ ਹੁੰਦਾ, ਸਰੀਰ ਨਾਸ਼ਵਾਨ ਹੈ, ਆਤਮਾ ਅਮਰ ਹੈ, ਇਸ ਲਈ ਉਸਨੂੰ ਇੱਕ ਚੇਤਨ ਸ਼ਕਤੀ ਕਿਹਾ ਜਾਂਦਾ ਹੈ। ਤਾਂ ਆਤਮਾ ਦਾ ਜਿੱਦਾਂ ਆਪਣਾ ਬੋਡੀ ਦਾ ਤਾਂ ਸਾਈਜ਼ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਵੱਧਦਾ, ਆਤਮਾ ਦਾ ਇਸ ਦੇ ਨਾਲ ਕੋਈ ਰਿਸ਼ਤਾ ਹੈ?
आत्मा जो है वो तो एक अमर अविनाशी है, जो शरीर है को प्रकृति है। हाँ जी। प्रकृति दे हिसाब नाल जो साडा शरीर है वो वधदा है। हाँ जी, हाँ जी। ते जो आत्मा है वो ज्योति स्वरूप है, अति सूक्ष्म है, उसका साइज घटदा वधदा नहीं है, क्योंकि आत्मा कोई प्रकृति दे तत्वों का आत्मा ते कोई असर नहीं हुंदा, शरीर ते असर हुंदा है। इसलिए जो प्रकृति परिवर्तनशील है, इसे तरह जो शरीर है ये बचपन किशोर जवानी ते बुढ़ापे की अवस्था विच शरीर आंदा है, आत्मा नहीं आंदी। हाँ, आत्मा शरीर नू लेके जदों कर्म करती है तो उस दे विच अनुभव भरदा जांदा है, उस दे विच ज्ञान भरदा जांदा है, उस दे विच विवेक भरदा जांदा है। मतलब उसी हिसाब दे नाल असीं कह सकदे हां इह इक वड्डी आत्मा है, अगर उसके अंदर ज़्यादा काफ़ी ज़्यादा भरपूर हो चुके हैं, जिदा तुसीं कहा कि उसके अंदर गुण भरदे जांदे हैं, अगर ज़्यादा हन ता असी उसनों एदा नॉर्मल वे दे विच कह दिंदे हां कि इह इक वड्डी आत्मा है, महान आत्मा है। हाँ, उसनों असी साइज च वड्डी नहीं होएगी। जी जी। मान लो किसी दे अंदर बहुत ज़्यादा ज्ञान आ रहा, गुण आ रहा, असी उसनों साइज विच वड्डा नहीं कह सकते, लेकिन उसके बिच जो गुण ज्ञान भरते जाएंगे उसके हिसाब नाल असी कहांगे महान आत्मा, ये देव आत्मा, ये पुण्य आत्मा, ये धर्मात्मा। माना जो जिहे कोई कर्म करता है जी, उसी तरह का उस आत्मा दे लेवल जिहा लग जांदा है। जी जी। जे कोई महान काम करता तो उसनों असी कहांगे महान आत्मा है, महान पुरुष है। हाँ जी। कोई धर्म दे काम करदा है उसनू कहांगे धर्म आत्मा है। हाँ जी। जे कोई पाप कर्म करदा है उसनू कहांगे पाप आत्मा। तो आत्मा दा साइज तो ही रहेगा, लेकिन उस दे विच जो गुण है, ज्ञान है, जो अनुभव उस दे विच हुंदा जाएगा। हाँ, उस दे अनुसार उसनू लेवल लगदा जाएगा। मतलब वो महान कैटेगरी च आंदी है, पाप आत्मा बनती है, वो उस दे कर्मा दे अकॉर्डिंग होएगा। जी जी जी। और दीदी तुसीं सानू दस्सिया कि आत्मा दे विच मन, बुद्धि और संस्कार हन। जी। तो ये संस्कार किन्ने तरह दे हुंदे, की हन ये संस्कार? असल दे विच संस्कारां तो भाव है कि असी मन सोचदा है जी, फिर बुद्धि उसका निर्णय लेंदी है, फिर असी जे बुद्धि ने कहा हाँ ये कम कर लो, फिर असी वो कर्म करते हैं। हाँ जी। वो जिहड़े कर्म असी बार बार करते हैं उन्हां दा प्रभाव साडी आत्मा ते पैंदा है, उसनू असी संस्कार कहिंदे हां। संस्कार एक प्रकार की आदतों का समूह है जी। जो संस्कार है जिहड़ियां वो साडियां आदतां हुंदियां ने उन्हां दे अनुसार फिर साडे विचार चलते हैं, फिर वो बुद्धि निर्णय करती है, फिर असी कर्म करते हैं। मतलब जिहड़ा कर्म असी बार बार करते हैं उसका जिहड़ा प्रभाव पैंदा है साडे आत्मा ते उसनूं असी संस्कार कहिंदे हां। इह जिहड़े संस्कार हैं इह साडे जन्म जन्म नाल चलते हैं, क्योंकि संस्कारां तों ही साडे विचार पैदा होंदे हैं, विचारां फिर असी कर्म विच आउंदे हैं। सानू इदां दे किहो जिहे कर्म करने चाहिए हन कि आपां खुद दी आत्मा नूं असी एक फील कर सकीए कि हाँ ये भी एक महान पुन्न आत्मा है, ऐसा असी की करिए अपनी जिंदगी दे विच? सानू अपने आप नूं सब तो पहला शरीर नहीं आत्मा समझ के जी शुद्ध भाव नाल सानू कर्म करने चाहिए। वो जिहड़े कर्म है साडे श्रेष्ठ कर्म बनते हैं, श्रेष्ठ संस्कार बनते हैं। श्रेष्ठ कर्म संस्कारां दा अधिकार साडे श्रेष्ठ कर्म है। ਤੁਸੀਂ ਇਹ ਵੀ ਗੱਲ ਮੈਨੂੰ ਪੁੱਛੀ ਸੀ ਕਿ ਸੰਸਕਾਰ ਕਿੰਨੇ ਪ੍ਰਕਾਰ ਦੇ ਹੁੰਦੇ ਆ, ਜਿਹੜੇ ਸੰਸਕਾਰ ਹੈ ਅਸੀਂ ਉਹਨਾਂ ਨੂੰ ਜ਼ਿਆਦਾਤਰ ਪੰਜ ਪ੍ਰਕਾਰ ਦੇ ਸੰਸਕਾਰ ਕਹਿ ਸਕਦੇ ਹਾਂ। ਪਹਿਲੇ ਸੰਸਕਾਰ ਤਾਂ ਉਹ ਜਿਹੜੇ ਅਸੀਂ ਆਤਮਾਵਾਂ ਪਰਮਾਤਮਾ ਦੇ ਘਰ ਤੋਂ ਲੈ ਕੇ ਆਈ, ਜਿਹਨੂੰ ਅਸੀਂ ਕਹਾਂਗੇ ਸ਼ੁੱਧ ਸੰਸਕਾਰ ਜੀ। ਸ਼ੁੱਧ ਸੰਸਕਾਰ ਸਾਡੇ ਸੁੱਖ, ਸ਼ਾਂਤੀ, ਆਨੰਦ, ਪ੍ਰੇਮ, ਪਵਿੱਤਰਤਾ ਵਾਲੇ ਜਿਹੜੇ ਸੰਸਕਾਰ ਹੈ ਉਹਨਾਂ ਨੂੰ ਅਸੀਂ ਅਨਾਦੀ ਆਦਿ ਸੰਸਕਾਰ ਕਹਾਂਗੇ। ਦੂਸਰੇ ਪ੍ਰਕਾਰ ਦੇ ਸੰਸਕਾਰ ਉਹ ਜਿਹੜੇ ਅਸੀਂ ਪਿਛਲੇ ਜਨਮ ਤੋਂ ਲੈ ਕੇ ਆਉਂਦੇ ਹਾਂ, ਚੰਗੇ ਵੀ ਹੋ ਸਕਦੇ ਹਾਂ, ਬੁਰੇ ਵੀ ਹੋ ਸਕਦੇ ਹਾਂ, ਸਾਡੇ ਪੁਰਾਣੇ ਕਰਮਾਂ ਦਾ ਹਿਸਾਬ ਕਿਤਾਬ ਜਿਸਨੂੰ ਕਿਹਾ ਜਾਂਦਾ। ਜੀ ਜੀ। ਤੀਸਰੀ ਪ੍ਰਕਾਰ ਦੇ ਸੰਸਕਾਰ ਜਿਹੜੇ ਸਾਨੂੰ ਖਾਨਦਾਨੀ ਪਰਿਵਾਰ ਮਿਲਦੇ ਹੈ, ਯਾਨੀ ਪਰਿਵਾਰ ਤੋਂ ਮਿਲਦੇ ਹੈ, ਦਾਦਾ ਦਾਦੀ ਜੋ ਵੀ ਸਾਡੇ ਰਿਸ਼ਤੇ ਨਾਤੇ, ਮਤਲਬ ਜਿਨ੍ਹਾਂ ਦੇ ਨਾਲ ਅਸੀਂ ਰਹਿ ਰਹੇ ਹਾਂ, ਜੋ ਸਾਨੂੰ ਖਾਨਦਾਨੀ ਸੰਸਕਾਰ, ਖੂਨ ਦੇ ਸੰਸਕਾਰ, ਖੂਨ ਦੇ। ਇੱਕ ਹੈ ਸੰਸਕਾਰ ਜਿਹੜੇ ਸਾਨੂੰ ਵਾਤਾਵਰਣ ਤੋਂ ਮਿਲਦੇ ਹੈ, ਸੰਗੀ ਸਾਥੀਆਂ ਤੋਂ ਮਿਲਦੇ ਹੈ, ਦੋਸਤਾਂ ਤੋਂ ਮਿਲਦੇ ਹੈ, ਸਕੂਲ ਤੋਂ ਮਿਲਦੇ ਹੈ, ਜਿੱਥੇ ਵੀ ਅਸੀਂ ਬਾਹਰ ਜਿਨ੍ਹਾਂ ਨਾਲ ਅਸੀਂ ਰਹਿੰਦੇ ਹਾਂ ਵਾਤਾਵਰਣ ਤੋਂ ਮਿਲਦੇ ਹੈ, ਵਾਤਾਵਰਣ 'ਚ ਜਿਨ੍ਹਾਂ ਨਾਲ ਅਸੀਂ ਰਹਿ ਰਹੇ ਸੰਗੀ ਸਾਥੀ ਦੋਸਤਾਂ ਨਾਲ ਮਿਲਦੇ ਹੈ। ਇੱਕ ਪ੍ਰਕਾਰ ਦੇ ਸੰਸਕਾਰ ਹੁੰਦੇ ਆ ਜਿਹੜੇ ਦ੍ਰਿੜਤਾ ਨਾਲ, ਉਹ ਜਿਹੜੇ ਸੰਸਕਾਰ ਹੈ ਦ੍ਰਿੜਤਾ ਨਾਲ ਉਹ ਅਸੀਂ ਸੰਸਕਾਰਾਂ ਨੂੰ ਅਸੀਂ ਉਹਨਾਂ ਨੂੰ ਖਤਮ ਵੀ ਕਰ ਸਕਦੇ ਹਾਂ, ਇਹ ਅਸੀਂ ਆਪ ਬਣਾਉਂਦੇ ਹਾਂ ਦ੍ਰਿੜਤਾ ਵਾਲੇ ਸੰਸਕਾਰ। ਤਾਂ ਸੰਸਕਾਰਾਂ ਨੂੰ ਬਣਾਇਆ ਵੀ ਜਾ ਸਕਦਾ ਹੈ, ਸੰਸਕਾਰਾਂ ਨੂੰ ਮਿਟਾਇਆ ਵੀ ਜਾ ਸਕਦਾ ਹੈ।
ਇਸੇ ਕਰਕੇ ਕਿਹਾ ਗਿਆ ਗੀਤਾ 'ਚ ਕਿ ਆਤਮਾ ਆਪਣਾ ਸ਼ਤਰੂ ਆਪ ਹੈ, ਆਪਣਾ ਹੀ ਮਿੱਤਰ ਆਪ ਹੈ। ਕਿਉਂਕਿ ਅਸੀਂ ਆਪਣੇ ਸੰਸਕਾਰਾਂ ਨੂੰ ਬਣਾ ਵੀ ਸਕਦੇ ਹਾਂ, ਅਸੀਂ ਆਪਣੇ ਸੰਸਕਾਰਾਂ ਨੂੰ ਵਿਗਾੜ ਵੀ ਸਕਦੇ ਹਾਂ। ਇਹ ਸਾਡੇ ਉੱਪਰ ਹੈ ਅਸੀਂ ਕਿਹੋ ਜਿਹੇ ਸੰਸਕਾਰ ਬਣਾਉਂਦੇ ਹਾਂ ਜੀ, ਕਿਹੋ ਜਿਹੇ ਅਸੀਂ ਸੰਸਕਾਰ ਮਿਟਾਉਂਦੇ ਹਾਂ ਜੀ। ਜੇਕਰ ਅਸੀਂ ਚਾਹੁੰਦੇ ਹਾਂ ਚੰਗੇ ਸੰਸਕਾਰ ਬਣਾਉਣੇ, ਤਾਂ ਦ੍ਰਿੜਤਾ ਨਾਲ ਅਸੀਂ ਚੰਗੇ ਸੰਸਕਾਰ ਆਪਣੇ ਬਣਾ ਸਕਦੇ ਹਾਂ ਜੀ। ਤਾਂ ਜਿੱਦਾਂ ਤੁਸੀਂ ਕਿਹਾ ਕਿ ਵਾਤਾਵਰਨ ਦਾ ਵੀ ਸਾਡੇ ਉੱਪਰ ਬਹੁਤ ਜ਼ਿਆਦਾ ਇਫੈਕਟ ਪੈਂਦਾ ਜਿਸ ਮਾਹੌਲ ਦੇ ਵਿੱਚ ਅਸੀਂ ਰਹਿ ਰਹੇ ਹਾਂ ਜੀ, ਤਾਂ ਉਸਦੇ ਉੱਪਰ ਅਸੀਂ ਕੀ ਕਰ ਸਕਦੇ ਹਾਂ? ਕੁਛ ਜਿੱਦਾਂ ਅਸੀਂ ਫਰੈਂਡਸ ਦੇ ਵਿੱਚ ਰਹਿੰਦੇ ਹਾਂ, ਕਿਸੇ ਦਾ ਕਿੱਦਾਂ ਦਾ ਆਪਣਾ ਸੰਸਕਾਰ ਹੈ, ਕਿਸੇ ਦਾ ਕਿੱਦਾਂ ਦਾ, ਤਾਂ ਉਸ ਤੋਂ ਅਗਰ ਕਿਸੇ ਦਾ ਮੰਨ ਲਓ ਗਲਤ ਸੰਸਕਾਰ ਹੈ, ਉਸ ਤੋਂ ਬਚਣ ਦੇ ਲਈ ਅਸੀਂ ਕੀ ਕਰ ਸਕਦੇ ਹਾਂ? ਦੇਖੋ, ਸੰਸਕਾਰਾਂ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਗਿਆਨ ਹੋਣਾ ਚਾਹੀਦਾ ਹੈ ਆਪਣੇ ਆਪ ਦਾ, ਫਿਰ ਸਾਨੂੰ ਆਪਣੇ ਜੀਵਨ ਦਾ ਵੀ ਮਹੱਤਵ ਪਤਾ ਹੋਣਾ ਚਾਹੀਦਾ ਹੈ। ਕਿਉਂਕਿ ਜਦ ਅਸੀਂ ਆਪਣੇ ਜੀਵਨ ਦੇ ਵਿੱਚ ਇਹ ਸੋਚਦੇ ਹਾਂ ਕਿ ਮੈਂ ਆਪਣੇ ਜੀਵਨ ਨੂੰ ਸ੍ਰੇਸ਼ਟ ਬਣਾਉਣਾ, ਮੈਂ ਮਹੱਤਵਪੂਰਨ ਬਣਾਉਣਾ, ਤਾਂ ਅਸੀਂ ਆਪਣੇ ਸੰਸਕਾਰਾਂ 'ਤੇ ਵੀ ਖਬਰਦਾਰੀ ਰੱਖਾਂਗੇ ਜੀ। ਕਿਉਂਕਿ ਜਦੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਹ ਸੰਸਕਾਰ ਸਾਨੂੰ, ਮੰਨ ਲਓ ਚੰਗੇ ਦੋਸਤ ਹੈ, ਸਾਨੂੰ ਸੰਸਕਾਰ ਚੰਗੇ ਬਣ ਮਿਲ ਰਹੇ ਹੈ, ਤਾਂ ਜ਼ਰੂਰ ਇਹ ਸਾਡਾ ਜੀਵਨ ਵੀ ਚੰਗਾ ਹੋਏਗਾ। ਕਿਉਂਕਿ ਅਸੀਂ ਚੰਗਾ ਸੋਚਾਂਗੇ, ਦੋਸਤਾਂ ਦਾ ਜੋ ਸੰਸਕਾਰ ਹੈ, ਦੋਸਤਾਂ ਦੀ ਜੋ ਉੱਠਣੀ ਬੈਠਣੀ ਜੋ ਵੀ ਗੱਲਬਾਤ ਹੁੰਦੀ ਹੈ, ਉਹ ਸਾਡੇ 'ਤੇ ਅਸਰ ਕਰਦੀ ਹੈ, ਬੁੱਧੀ 'ਤੇ ਅਸਰ ਹੁੰਦਾ। ਤਾਂ ਇਹ ਅਸੀਂ ਆਪ ਦੇਖਣਾ, ਮਤਲਬ ਅਸੀਂ ਆਪਣੀ ਬੁੱਧੀ ਤੋਂ ਕੰਮ ਲੈਣਾ, ਆਪਣੀ ਬੁੱਧੀ ਤੋਂ ਕੰਮ ਲੈਣਾ। ਅਸੀਂ ਇਹ ਆਪ ਦੇਖਣਾ ਹੈ ਕਿ ਕਿਹੜੇ ਸੰਸਕਾਰਾਂ ਵਾਲੇ ਦੋਸਤਾਂ ਨਾਲ ਅਸੀਂ ਰਹਿ ਰਹੇ ਹਾਂ, ਕਿਸ ਤੋਂ ਸਾਨੂੰ ਕਿਸ ਪ੍ਰਕਾਰ ਦੇ ਸੰਸਕਾਰ ਮਿਲ ਰਹੇ ਜੀ ਜੀ, ਉਹ ਅਸੀਂ ਆਪਣੇ ਵਿਵੇਕ ਤੋਂ ਕੰਮ ਲੈਣਾ ਜੀ। ਜੇਕਰ ਅਸੀਂ ਆਪਣੇ ਵਿਵੇਕ ਤੋਂ ਕੰਮ ਲਵਾਂਗੇ ਕਿ ਇਹ ਸੰਸਕਾਰ ਸਾਨੂੰ ਚੰਗੇ ਨਹੀਂ ਇੱਥੋਂ ਮਿਲ ਰਹੇ, ਤਾਂ ਅਸੀਂ ਉਹਨਾਂ ਤੋਂ ਬਚਣ ਲਈ ਆਪ ਹੀ ਉਪਰਾਲਾ ਕਰਨਾ ਹੈ। ਇਸੇ ਨੂੰ ਵਿਵੇਕ ਕਿਹਾ, ਸਮਝਦਾਰੀ ਕਿਹਾ। ਜਿੱਦਾਂ ਤੁਸੀਂ ਵਿੱਚ ਇੱਕ ਗਿਆਨ ਸ਼ਬਦ ਬੋਲਿਆ, ਤਾਂ ਤੁਹਾਡੀ ਨਜ਼ਰ ਦੇ ਵਿੱਚ ਗਿਆਨ ਅਗਿਆਨ ਇਹਨਾਂ ਸ਼ਬਦਾਂ ਦਾ ਕੀ ਮਤਲਬ ਹੈ ਦੀਦੀ? ਗਿਆਨ ਤੋਂ ਮਤਲਬ ਹੈ ਸਮਝ, ਗਿਆਨ ਮਾਨਾ ਪ੍ਰਕਾਸ਼, ਗਿਆਨ ਮਾਨਾ ਵਿਵੇਕ, ਗਿਆਨ ਨੂੰ ਰੋਸ਼ਨੀ ਵੀ ਕਿਹਾ, ਤੀਸਰਾ ਨੇਤਰ ਵੀ ਕਿਹਾ ਹੈ। ਗਿਆਨ ਮਾਨਾ ਕਿਸੇ ਵੀ ਚੀਜ਼ ਬਾਰੇ ਸਹੀ ਜਾਣਕਾਰੀ ਰੱਖਣਾ ਜੀ। ਤਾਂ ਗਿਆਨ ਸਾਨੂੰ ਇੱਕ ਜੀਵਨ ਜੀਣ ਦੇ ਵਿੱਚ ਇੱਕ ਪ੍ਰਕਾਸ਼ ਦਾ ਕੰਮ ਕਰਦਾ ਹੈ। ਮੰਨ ਲਓ ਅਸੀਂ ਕਿਤੇ ਸਫ਼ਰ 'ਚ ਜਾ ਰਹੇ ਹਾਂ, ਰਾਤ ਹਨੇਰੀ ਹੈ, ਜੇਕਰ ਸਾਡੇ ਕੋਲ ਦੀਵਾ ਹੋਏਗਾ, ਰੋਸ਼ਨੀ ਹੋਏਗੀ, ਤਾਂ ਅਸੀਂ ਉਸ ਦੀਵੇ ਦੀ ਰੋਸ਼ਨੀ ਦੇ ਵਿੱਚ ਆਪਣੀ ਮੰਜ਼ਿਲ 'ਤੇ ਪਹੁੰਚ ਸਕਦੇ ਹਾਂ ਜੀ ਜੀ। ਭਾਵ ਕਿ ਮੰਜ਼ਿਲ 'ਤੇ ਪਹੁੰਚਣ ਲਈ ਪ੍ਰਕਾਸ਼ ਦੀ ਜ਼ਰੂਰਤ ਹੈ। ਹਾਂਜੀ, ਤਾਂ ਇਸੇ ਤਰ੍ਹਾਂ ਜੀਵਨ ਇੱਕ ਯਾਤਰਾ ਹੈ, ਇਸ ਯਾਤਰਾ ਦੇ ਵਿੱਚ ਵੀ ਗਿਆਨ ਪ੍ਰਕਾਸ਼ ਦੀ ਜ਼ਰੂਰਤ ਹੈ। ਤਾਂ ਇਸ ਦੇ ਉਲਟ ਜੋ ਅਗਿਆਨਤਾ ਹੈ, ਅਗਿਆਨਤਾ ਦਾ ਮਤਲਬ ਹੈ ਕਿ ਆਪਣੇ ਆਪ ਦੀ ਹੋਸ਼ ਨਾ ਹੋਣਾ। ਮੰਨ ਲਓ ਜਿਵੇਂ ਦੱਸਿਆ ਸੀ ਕਿ ਰਾਤ ਹਨੇਰੀ ਹੈ, ਤਾਂ ਅਸੀਂ ਠੋਕਰ ਖਾਵਾਂਗੇ। ਤਾਂ ਇਸੇ ਤਰ੍ਹਾਂ ਜੇ ਜੀਵਨ ਦੇ ਵਿੱਚ ਗਿਆਨ ਨਹੀਂ ਹੋਏਗਾ, ਗਿਆਨ ਭੌਤਿਕ ਵੀ ਹੋ ਸਕਦਾ ਹੈ, ਗਿਆਨ ਅਧਿਆਤਮਿਕ ਵੀ ਹੋ ਸਕਦਾ ਹੈ, ਪਰੰਤੂ ਜਿਹੜਾ ਅਧਿਆਤਮਿਕ ਗਿਆਨ ਹੈ, ਇਹ ਸਾਡੇ ਜੀਵਨ ਨੂੰ ਸਥਿਰ ਅਤੇ ਸੁਖੀ ਰੱਖਦਾ ਹੈ। ਜੋ ਭੌਤਿਕ ਗਿਆਨ ਹੈ, ਇਹ ਠੀਕ ਹੈ, ਇਹ ਸਾਨੂੰ ਜੀਵਿਕਾ ਕਮਾਉਣ ਲਈ ਜ਼ਰੂਰੀ ਹੈ, ਇਸ ਬਿਨਾਂ ਵੀ ਜੀਵਨ ਅਧੂਰਾ ਜਿਹਾ ਰਹਿ ਜਾਂਦਾ ਹੈ, ਜੀਵਨ ਪਿਛੜ ਜਾਂਦਾ ਹੈ ਜੀ। ਕਿਉਂਕਿ ਭੌਤਿਕ ਗਿਆਨ ਨਾਲ ਅਸੀਂ ਸੰਪਤੀ ਇਕੱਠੀ ਕਰਦੇ ਹਾਂ ਜੀ ਜੀ, ਅਸੀਂ ਸਾਨੂੰ ਜੋ ਵੀ ਲੋੜਾਂ ਨੇ ਅਸੀਂ ਭੌਤਿਕ ਗਿਆਨ ਰਾਹੀਂ ਆਪਣੀ ਜੀਵਿਕਾ ਕਮਾਉਂਦੇ ਹਾਂ, ਉਹ ਨਹੀਂ ਹੈ ਤਾਂ ਅਸੀਂ ਤਾਂ ਬਿਲਕੁਲ ਬੇਕਾਰ ਹਾਂ, ਕੁਝ ਕੰਮ ਨਹੀਂ ਕਰ ਸਕਦੇ, ਸਾਡਾ ਜੀਵਨ ਅਧੂਰਾ ਚ ਲੱਗਦਾ ਜੀ। ਇਹ ਜਿਹੜਾ ਅਧਿਆਤਮਿਕ ਗਿਆਨ ਹੈ, ਮਾਨਾ ਆਪਣੇ ਆਪ ਦੀ ਪਹਿਚਾਣ, ਜਦੋਂ ਇਹ ਸਾਨੂੰ ਨਹੀਂ ਹੁੰਦੀ, ਤਾਂ ਅਸੀਂ ਜੀਵਨ ਦੇ ਵਿੱਚ ਆਪਣੀ ਜੋ ਇੱਕ ਆਤਮਿਕ ਉੱਨਤੀ ਨਹੀਂ ਕਰ ਸਕਦੇ। ਸਾਧਨ ਤਾਂ ਅਸੀਂ ਇਕੱਠੇ ਕਰ ਲਾਂਗੇ ਭੌਤਿਕ ਗਿਆਨ ਨਾਲ, ਪਰੰਤੂ ਅਧਿਆਤਮਿਕ ਗਿਆਨ ਜੋ ਹੈ, ਸਾਨੂੰ ਇੱਕ ਖੁਸ਼ਮਿਆ ਜੀਵਨ ਜੀਣ ਦੀ ਇੱਕ ਕਲਾ ਸਿਖਾਉਂਦਾ ਹੈ, ਸ਼ਾਂਤਮਿਆ ਜੀਵਨ ਜੀਣ ਦੀ ਇੱਕ ਕਲਾ ਸਿਖਾਉਂਦਾ ਹੈ। ਜਿੱਦਾਂ ਕਿਹਾ ਜਾਂਦਾ, ਰੁਪਿਆਂ ਨਾਲ ਖੁਸ਼ੀ ਨਹੀਂ ਖਰੀਦੀ ਜਾ ਸਕਦੀ, ਵਸਤੂ ਕੋਈ ਵੀ ਖਰੀਦ ਸਕਦੇ ਹਾਂ, ਤਾਂ ਤੁਹਾਡੇ ਕਹਿਣ ਦਾ ਸ਼ਾਇਦ ਇਹ ਹੀ ਮਤਲਬ ਹੈ ਕਿ ਜਦ ਤੱਕ ਸਾਨੂੰ ਆਪਣਾ ਅਧਿਆਤਮਿਕ ਪਹਿਚਾਣ ਨਹੀਂ ਹੈ, ਤਦ ਤੱਕ ਅਸੀਂ ਚੰਗੀ ਸ਼ਾਂਤੀ ਨਹੀਂ ਲੈ ਸਕਦੇ। ਹਾਂ, ਕਿਉਂਕਿ ਜੋ ਅਧਿਆਤਮਿਕ ਗਿਆਨ ਹੈ, ਇਹ ਸਾਨੂੰ ਜਨਮ ਮਰਨ ਦੇ ਮੋਹ ਤੋਂ ਉਪਜੇ ਦੁੱਖਾਂ ਦਾ ਨਾਸ ਕਰਦਾ ਹੈ, ਸਾਨੂੰ ਆਤਮਾ ਦੀ ਅਮਰਤਾ ਵੱਲ ਲੈ ਕੇ ਜਾਂਦਾ ਹੈ। ਅਧਿਆਤਮਿਕ ਗਿਆਨ ਜੋ ਹੈ, ਇਹ ਸਾਨੂੰ ਆਤਮਾ ਦੇ ਅੰਦਰ, ਸਾਡੇ ਅੰਦਰ ਛਿਪੀ ਹੋਈ ਜੋ ਸ਼ਕਤੀਆਂ ਹੈ, ਉਹਨਾਂ ਦਾ ਅਹਿਸਾਸ ਕਰਾਉਂਦਾ ਹੈ, ਉਹਨਾਂ ਨੂੰ ਬਾਹਰ ਲੈ ਕੇ ਆਉਂਦਾ ਹੈ, ਜਿਸ ਨਾਲ ਸਾਡੀ ਸਾਡੇ ਜੀਵਨ ਦੇ ਵਿੱਚ ਇੱਕ ਉੱਨਤੀ ਹੁੰਦੀ ਹੈ। ਜੋ ਅਧਿਆਤਮਿਕ ਗਿਆਨ ਹੈ, ਇਹ ਸਾਨੂੰ ਜੋ ਹੈ, ਸਾਨੂੰ ਇੱਕ ਇਹ ਦੱਸਦਾ ਹੈ ਕਿ ਜੀਵਨ ਮੁੱਲਵਾਨ ਕਿਸ ਤਰ੍ਹਾਂ ਬਣਾਉਣਾ ਹੈ ਜੀ। ਦੀਦੀ, ਤੁਸੀਂ ਇੱਥੇ ਸ਼ਕਤੀ ਦੀ ਗੱਲ ਕੀਤੀ, ਤਾਂ ਆਤਮਾ 'ਚ ਐਸੀਆਂ ਕਿਹੜੀਆਂ ਸ਼ਕਤੀਆਂ ਨੇ? ਆਤਮਾ ਦੇ ਵਿੱਚ ਸ਼ਕਤੀਆਂ ਵੀ ਹੈ, ਗੁਣ ਵੀ ਹੈ। ਜਿਵੇਂ
ਆਤਮਾ ਦੇ ਅੰਦਰ ਸ਼ਕਤੀ ਹੈ, ਪਰਖਣੇ ਦੀ ਸ਼ਕਤੀ, ਨਿਰਣਾ ਕਰਨੇ ਦੀ ਸ਼ਕਤੀ, ਆਪਣੇ ਆਪ ਨੂੰ ਸਮੇਟਣ ਦੀ ਸ਼ਕਤੀ, ਪਰਖਣੇ ਦੀ ਸ਼ਕਤੀ, ਇਹ ਸ਼ਕਤੀਆਂ ਵੀ ਹੈ ਅਤੇ ਗੁਣ ਵੀ ਹੈ। ਜਿਵੇਂ ਸੁੱਖ, ਸ਼ਾਂਤੀ, ਆਨੰਦ, ਪ੍ਰੇਮ, ਪਵਿੱਤਰਤਾ, ਇਹ ਗੁਣ ਵੀ ਹੈ, ਸ਼ਕਤੀਆਂ ਵੀ ਹੈ। ਲੇਕਿਨ ਜਦ ਅਸੀਂ ਆਪਣੇ ਆਪੇ ਨਾਲ ਜੁੜਦੇ ਹਾਂ, ਪਰਮਾਤਮਾ ਨਾਲ ਜੁੜਦੇ ਹਾਂ, ਤਾਂ ਸਾਡੇ ਅੰਦਰ ਜੋ ਗੁਣ ਗਿਆਨ ਸ਼ਕਤੀਆਂ, ਸਹਿਣ ਸ਼ਕਤੀ ਵੀ ਹੈ ਜੀ, ਸਮਾਣੇ ਦੀ ਸ਼ਕਤੀ ਵੀ ਹੈ, ਗੰਭੀਰਤਾ ਦੀ ਵੀ ਇੱਕ ਸ਼ਕਤੀ ਹੈ। ਜਦੋਂ ਇਹ ਸਾਡੇ ਅੰਦਰ, ਅਸੀਂ ਜਦੋਂ ਪਰਮਾਤਮਾ ਨੂੰ ਯਾਦ ਕਰਦੇ ਹਾਂ, ਅਧਿਆਤਮਿਕ ਜੀਵਨ ਜਿਉਂਦੇ ਹਾਂ, ਤਾਂ ਸਾਡੇ ਅੰਦਰ ਇਹਨਾਂ ਸ਼ਕਤੀਆਂ ਦਾ ਵਿਕਾਸ ਹੁੰਦਾ ਹੈ। ਤਾਂ ਜਿਹੜੀ ਇਹ ਸ਼ਕਤੀਆਂ ਨੇ ਸਾਨੂੰ ਜੀਵਨ ਜੀਣ ਦੇ ਵਿੱਚ ਮਦਦ ਕਰਦੀਆਂ ਨੇ, ਇੱਕ ਚੰਗਾ ਜੀਵਨ ਜੀਣ ਦੇ ਵਿੱਚ ਮਦਦ ਕਰਦੀਆਂ। ਕਿਉਂਕਿ ਜੋ ਭੌਤਿਕ ਗਿਆਨ ਹੈ ਉਹ ਤਾਂ ਅਸੀਂ ਵਿੱਦਿਆ ਰਾਹੀਂ, ਟੀ ਵੀ ਰਾਹੀਂ, ਨੈੱਟ ਰਾਹੀਂ, ਅਖਬਾਰਾਂ ਰਾਹੀਂ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਪ੍ਰਾਪਤ ਹੁੰਦਾ ਰਹਿੰਦਾ ਹੈ, ਮਿਲ ਹੀ ਜਾਏਗਾ, ਮਿਲ ਹੀ ਜਾਂਦਾ। ਲੇਕਿਨ ਜੋ ਅਧਿਆਤਮਿਕ ਗਿਆਨ ਹੈ ਇਹ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ ਅਸੀਂ ਸੁਣਦੇ ਆਏ ਹਾਂ ਕਿ ਰਾਜਾ ਜਨਕ ਦਾ ਜੋ ਜੀਵਨ ਸੀ, ਸਥਿਰ ਜੀਵਨ ਸੀ, ਕਹਿੰਦੇ ਨੇ ਕਿ ਕਿਹਾ ਜਾਂਦਾ ਹੈ ਉਹਨਾਂ ਬਾਰੇ, ਰਾਜਾ ਜਨਕ ਬਾਰੇ, ਕਿ ਉਹ ਰਾਜ ਪਾਠ ਸੰਭਾਲਦੇ ਹੋਏ ਵੀ ਵਿਦੇਹੀ ਸਨ। ਹਾਂਜੀ, ਤਾਂ ਮਨਾ ਜੋ ਅਧਿਆਤਮਿਕ ਗਿਆਨ ਹੈ ਇਹ ਸਾਨੂੰ ਵਿਦੇਹੀ ਰਹਿਣ ਦੀ ਕਲਾ ਸਿਖਾਉਂਦਾ ਹੈ, ਸਥਿਰ ਬੁੱਧੀ। ਇੱਥੇ ਵਿਦੇਹੀ ਤੋਂ ਤੁਹਾਡਾ ਕੀ ਮਤਲਬ ਹੈ? ਵਿਦੇਹੀ ਤੋਂ ਭਾਵ ਹੈ ਕਿ ਅਸੀਂ ਸੁੱਖ ਸਾਧਨਾ ਦਾ ਉਪਯੋਗ ਕਰਦੇ ਹੋਏ ਵੀ ਆਪਣੇ ਆਪ ਨੂੰ ਇੱਕ ਸਰੀਰ ਨਾ ਸਮਝਦੇ ਹੋਏ, ਆਪਣੇ ਆਪ ਨੂੰ ਇੱਕ ਰੂਹਾਨੀ ਸ਼ਕਤੀ, ਆਤਮਾ ਦਾ ਅਨੁਭਵ ਕਰਦੇ ਰਹਿਣਾ। ਕਰਮ ਵੀ ਕਰ ਰਹੇ ਹਾਂ, ਨਾਲ ਨਾਲ ਅਸੀਂ ਆਪਣੇ ਆਪ ਨੂੰ ਵੀ ਇੱਕ ਹੋਸ਼ ਵਿੱਚ ਹਾਂ, ਆਪਣੇ ਆਪ ਨੂੰ ਇੱਕ ਆਤਮਾ ਸਮਝ ਕੇ ਅਸੀਂ ਕਰਮ ਕਰ ਰਹੇ ਹਾਂ। ਵਿਦੇਹੀ ਮਾਨਾ ਦੇਹ ਵਿੱਚ ਰਹਿੰਦੇ ਹੋਏ ਵੀ ਆਪਣੇ ਆਪ ਨੂੰ ਆਤਮਾ ਅਲੱਗ ਸਮਝ ਕੇ ਮਹਿਸੂਸ ਕਰਦੇ ਰਹਿਣਾ। ਤੁਹਾਡਾ ਬਹੁਤ ਬਹੁਤ ਧੰਨਵਾਦ ਦੀਦੀ, ਤੁਸੀਂ ਸਾਨੂੰ ਬਹੁਤ ਚੰਗੀ ਆਤਮਾ ਦੇ ਬਾਰੇ ਦੱਸਿਆ। ਸਤਿ ਸ਼੍ਰੀ ਅਕਾਲ, ਓਮ ਸ਼ਾਂਤੀ। ਸਤਿ ਸ਼੍ਰੀ ਅਕਾਲ, ਓਮ ਸ਼ਾਂਤੀ। ਤਾਂ ਦੋਸਤੋ, ਅੱਜ ਅਸੀਂ ਜਾਣਦੇ ਹਾਂ ਕਿ ਆਤਮਾ ਅਤੇ ਸਰੀਰ ਦੋਨੋਂ ਅਲੱਗ ਅਲੱਗ ਚੀਜ਼ਾਂ ਨੇ। ਅੱਜ ਤੱਕ ਅਸੀਂ ਇਸ ਭੁਲੇਖੇ ਦੇ ਵਿੱਚ ਰਹੇ ਕਿ ਨਹੀਂ, ਮੈਂ ਇੱਕ ਸਰੀਰ ਹੀ ਹਾਂ। ਤਾਂ ਅੱਜ ਅਸੀਂ ਆਤਮਾ ਦੇ ਬਾਰੇ ਵਿੱਚ ਜਾਣਦੇ ਹਾਂ, ਇਸ ਦੇ ਬਾਰੇ ਹੋਰ ਅਗਾਂਹ ਜਾਣਾਂਗੇ ਅਗਲੇ ਐਪੀਸੋਡ ਦੇ ਵਿੱਚ। ਤਦ ਤੱਕ ਦੇ ਲਈ ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ। Thank you.